ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਇੱਕ ਭੈਣ ਬਹੁਤ ਦੁਖੀ ਹੁੰਦੀ ਹੈ। ਜਦੋਂ ਉਸ ਦਾ ਵਿਆਹ ਹੋਇਆ ਹੁੰਦਾ ਹੈ ਤੇ 5-7 ਸਾਲਾਂ ਤੱਕ ਉਸ ਦੇ ਕੋਈ ਵੀ ਔਲਾਦ ਨਹੀਂ ਹੁੰਦੀ। ਉਹ ਇੱਕ ਜੁਆਇੰਟ ਫੈਮਿਲੀ ਦੇ ਨਾਲ ਬਿਲੋਂਗ ਹੁੰਦੀ ਹੈ। ਉਸ ਦੀਆਂ ਦਰਾਣੀਆਂ ਜਠਾਣੀਆਂ ਸਭ ਦੇ ਘਰ ਜਵਾਕ ਹੁੰਦੇ ਹਨ, ਪਰ ਉਸ ਭੈਣ ਦਾ ਇੰਨਾ ਸਬਰ ਕਿ ਉਹ ਉਹਨਾਂ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਪਰ ਉਸ ਦੇ ਘਰ ਕੋਈ ਔਲਾਦ ਨਹੀਂ ਸੀ। ਇਸ ਕਰਕੇ ਉਹ ਭੈਣ ਬਹੁਤ ਦੁਖੀ ਰਹਿਣ ਲੱਗ ਪਈ, ਡਿਪਰੈਸ਼ਨ ਜਿਹਾ ਹੋਣ ਲੱਗ ਗਿਆ। ਲੋਕਾਂ ਦੀਆਂ ਗੱਲਾਂ, ਸੱਸ ਸਹੁਰੇ ਦੀਆਂ ਗੱਲਾਂ ਜਾਂ ਫਿਰ ਹੋਰ ਦਰਾਣੀ ਜਠਾਣੀ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਸਨ। ਕਈ ਵਾਰ ਤਾਂ ਆਪਣੇ ਬੱਚਿਆਂ ਨੂੰ ਵੀ ਉਹਦੀਆਂ ਦਰਾਣੀਆਂ ਜਠਾਣੀਆਂ ਖੋਹ ਕੇ ਲੈ ਜਾਂਦੀਆਂ ਸਨ ਆਪਣੇ ਕੋਲ ਕਿ ਇਹ ਸਾਡੇ ਬੱਚਿਆਂ ਨੂੰ ਵਿਗਾੜਦੀ ਹੈ। ਉਹ ਭੈਣ ਬਹੁਤ ਹੀ ਦੁਖੀ ਰਹਿਣ ਲੱਗ ਪਈ ਅਤੇ ਪਰ ਉਸ ਭੈਣ ਦਾ ਇੱਕ ਵਿਸ਼ਵਾਸ ਸੀ ਕਿ ਉਹਦਾ ਬੱਚਿਆਂ ਦੇ ਨਾਲ ਬਹੁਤ ਪ੍ਰੇਮ ਹੈ, ਇਸ ਕਰਕੇ ਉਸ ਦੇ ਘਰ ਕਦੀ ਨਾ ਕਦੀ ਤਾਂ ਔਲਾਦ ਜ਼ਰੂਰ ਹੋਵੇਗੀ। ਉਹ ਭੈਣ ਰੋਜ਼ ਪਾਠ ਕਰਦੀ, ਨਾਮ ਸਿਮਰਨ ਕਰਦੀ ਅਤੇ ਗੁਰਦੁਆਰਾ ਸਾਹਿਬ ਜਾਂਦੀ। ਕੁਛ ਕੁ ਸਾਲਾਂ ਬਾਅਦ ਉਸਨੇ ਸੋਚਿਆ ਕਿਉਂ ਨਾ ਉਹ ਆਪਣੇ ਕਿਸੇ ਰਿਸ਼ਤੇਦਾਰ ਦਾ ਬੱਚਾ ਹੀ ਗੋਦ ਲੈ ਲਵੇ ਅਤੇ ਉਹ ਪਰ ਘਰ ਦੇ ਨਾ ਮੰਨਣ ਕਰਕੇ ਫਿਰ ਉਹ ਨਿਰਾਸ਼ ਜੀ ਹੋ ਗਈ, ਕਿਉਂਕਿ ਕੋਈ ਵੀ ਉਸਦਾ ਸਾਥ ਨਹੀਂ ਸੀ ਦੇ ਰਿਹਾ। ਉਹਨਾਂ ਨੂੰ ਇਹ ਸੀ ਕਿ ਸਾਡੇ ਘਰ ਆਪਣਾ ਹੀ ਬੱਚਾ ਹੋਵੇ। ਕੁਝ ਕੁ ਦਿਨਾਂ ਬਾਅਦ ਜਦੋਂ ਉਹ ਭੈਣ ਥੋੜ੍ਹੀ ਜਿਹੀ ਬਿਮਾਰ ਰਹਿਣ ਲੱਗ ਪਈ ਅਤੇ ਘਰਦਿਆਂ ਦੇ ਸਹਿਯੋਗ ਨਾਲ ਉਸ ਨੂੰ ਕਿਹਾ, ਉਸ ਗੱਲ ਨੂੰ ਮਨਜ਼ੂਰੀ ਦਿੱਤੀ ਗਈ, ਚਲੋ ਕੋਈ ਗੱਲ ਨਹੀਂ, ਆਪਾਂ ਰਿਸ਼ਤੇਦਾਰੀ ਵਿੱਚੋਂ ਕੋਈ ਬੱਚਾ ਗੋਦ ਲੈ ਲੈਂਦੇ ਹਾਂ। ਫਿਰ ਕੁਝ ਸਮਾਂ ਪਾ ਕੇ ਉਹ ਠੀਕ ਹੋ ਗਈ ਅਤੇ ਉਹਨਾਂ ਨੇ ਆਪਣੀ ਰਿਸ਼ਤੇਦਾਰੀ ਵਿੱਚੋਂ ਇੱਕ ਬੱਚਾ ਗੋਦ ਲੈ ਲਿਆ। ਉਹ ਭੈਣ ਬਹੁਤ ਖੁਸ਼ ਹੋਈ ਅਤੇ ਠੀਕ ਵੀ ਹੋ ਗਈ ਅਤੇ ਪਰਮਾਤਮਾ ਦੀ ਜੀ ਹਜ਼ੂਰੀ ਵੀ ਬਹੁਤ ਕਰਦੀ ਸੀ ਕਿ ਪਰਮਾਤਮਾ ਸ਼ੁਕਰ ਹੈ ਤੂੰ ਕਿਸੇ ਨਾ ਕਿਸੇ ਰੂਪ 'ਚ ਤਾਂ ਮੈਨੂੰ ਮਾਂ ਬਣਨ ਦਿੱਤਾ, ਕਿਸੇ ਨਾ ਕਿਸੇ ਰੂਪ 'ਚ ਤਾਂ ਮੈਨੂੰ ਅਭਾਗੀ ਬਿਨਾਂ ਕਿਸਮਤ ਵਾਲੀ ਨੂੰ ਕਿਸਮਤ ਵਾਲੀ ਬਣਾ ਦਿੱਤਾ। ਇੰਨੇ 'ਚ ਹੀ ਉਹ ਬਹੁਤ ਖੁਸ਼ ਰਹਿੰਦੀ, ਆਪਣੇ ਪਰਿਵਾਰ ਨਾਲ ਮਿਲ ਜੁਲ ਕੇ ਰਹਿਣ ਲੱਗ ਜਾਂਦੀ। ਬਹੁਤ ਖੁਸ਼ ਸੀ, ਪਰਮਾਤਮਾ ਦੀ ਭਗਤੀ ਵਿੱਚ ਵੀ ਰਹਿੰਦੀ ਸੀ, ਬੱਚੇ ਦਾ ਕੰਮ, ਘਰ ਦੇ ਕੰਮ, ਸਾਰੇ ਕੰਮਾਂ ਨੂੰ ਬਹੁਤ ਹੀ ਪ੍ਰੇਮ ਸਹਿਯੋਗ ਨਾਲ ਕਰਦੀ ਸੀ। ਫਿਰ ਜਦੋਂ ਉਸ ਭੈਣ ਦਾ ਬੱਚਾ 5 ਕੁ ਸਾਲ ਦਾ ਹੋਇਆ ਅਤੇ ਥੋੜ੍ਹੇ ਕੁ ਚਿਰ ਬਾਅਦ ਉਸ ਭੈਣ ਨੂੰ ਆਪਣੀ ਔਲਾਦ ਦੀ ਹੋਈ ਕਿ ਉਹਨਾਂ ਦੇ ਘਰ ਉਸ ਦੀ ਆਪਣੀ ਔਲਾਦ ਹੋਣ ਨੂੰ ਦੀ ਤਿਆਰੀ ਹੋ ਗਈ। ਪੂਰੇ 9 ਮਹੀਨੇ ਬਾਅਦ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ। ਉਹ ਭੈਣ ਦੂਜੇ ਦੇ ਬੱਚੇ ਨੂੰ ਇੰਨਾ ਪਿਆਰ ਕਰਦੀ ਸੀ ਕਿ ਪਰਮਾਤਮਾ ਨੇ ਖੁਸ਼ ਹੋ ਕੇ ਉਸ ਭੈਣ ਨੂੰ ਆਪਣਾ ਇੱਕ ਜੀ ਦਿੱਤਾ, ਪਰ ਉਹ ਭੈਣ ਉਸ ਬੱਚੇ ਨਾਲ ਵੀ ਕੋਈ ਵਿਤਕਰਾ ਨਹੀਂ ਕਰਦੀ ਸੀ। ਉਹਨੇ ਦੋਨਾਂ ਬੱਚਿਆਂ ਦਾ ਲਾਲਣ ਪੋਸ਼ਣ ਕਰਨਾ ਬਹੁਤ ਵਧੀਆ ਤਰੀਕੇ ਨਾਲ ਕਰਦੀ ਸੀ। ਘਰ ਦੇ ਵੀ ਬਹੁਤ ਖੁਸ਼ ਸਨ ਕਿਉਂਕਿ ਉਸ ਨੇ ਕਿਸੇ ਦੇ ਬੱਚੇ ਨੂੰ ਆਪਣੇ ਗੱਲ ਨਾਲ ਲਾਇਆ ਸੀ ਅਤੇ ਆਪਣੀ ਇੱਦਾਂ ਸੋਚਦੀ ਸੀ ਕਿ ਜਿਵੇਂ ਉਸ ਨੇ ਆਪਣੀ ਕੁੱਖੋਂ ਹੀ ਉਸਨੂੰ ਜਨਮ ਦਿੱਤਾ ਹੋਏ। ਘਰ ਵਿੱਚ ਖੁਸ਼ੀ ਦਾ ਮਾਹੌਲ ਸੀ, ਬਹੁਤ ਜ਼ਿਆਦਾ ਖੁਸ਼ ਰਹਿਣ ਲੱਗ ਪਏ ਅਤੇ ਉਸ ਦੀ ਇਹ ਕਰਨ ਨਾਲ ਉਸ ਦੀ ਡਿਪਰੈਸ਼ਨ ਦੀ ਬਿਮਾਰੀ ਵੀ ਦੂਰ ਹੋ ਗਈ। ਜਦੋਂ ਉਹ ਭੈਣ ਦੇਖਦੀ ਕਿ ਦੋਨੇ ਬੱਚੇ ਬਹੁਤ ਖੁਸ਼ ਹਨ ਅਤੇ ਪਰਿਵਾਰ ਵੀ ਬਹੁਤ ਖੁਸ਼ ਹੈ, ਉਹ ਪਰਮਾਤਮਾ ਦਾ ਸ਼ੁਕਰ ਕਰਦੀ ਅਤੇ ਉਸ ਦਾ ਵਿਸ਼ਵਾਸ ਉਸ ਪਰਮਾਤਮਾ 'ਤੇ ਬਹੁਤ ਵੱਧ ਗਿਆ। ਦੇਖੋ, ਜੇ ਉਸ ਕੋਲ ਆਪਣੀ ਔਲਾਦ ਨਹੀਂ ਸੀ ਉਹ ਬਹੁਤ ਡਿਪਰੈਸ਼ਨ 'ਚ ਰਹਿੰਦੀ ਸੀ, ਪਰ ਹੁਣ ਉਹ ਬਹੁਤ ਖੁਸ਼ ਰਹਿਣ ਲੱਗ ਪਈ ਸੀ ਅਤੇ ਪਰਮਾਤਮਾ ਦਾ ਬਹੁਤ ਹੀ ਸ਼ੁਕਰ ਕਰਦੀ ਸੀ ਕਿ ਪਰਮਾਤਮਾ ਸ਼ੁਕਰ ਹੈ ਤੂੰ ਉਸ ਦੀ ਝੋਲੀ ਵਿੱਚ ਵੀ ਕੋਈ ਧੀ ਜਾਂ ਪੁੱਤ ਦਿੱਤਾ ਹੈ। ਇਹ ਕਹਿਣਾ ਸੱਚ ਹੈ ਕਿ ਅਗਰ ਉਸਨੇ ਉਸ ਬੱਚੇ ਦੀ ਸੇਵਾ ਇੰਨੀ ਰੀਝ ਨਾਲ ਕੀਤੀ, ਇੰਨੀ ਰੱਜ ਕੇ ਕੀਤੀ, ਇੰਨੀ ਮੁਸ਼ੱਕਤ ਨਾਲ ਕੀਤੀ ਕਿ ਪਰਮਾਤਮਾ ਖੁਸ਼ ਹੋ ਗਿਆ ਅਤੇ ਉਸਨੂੰ ਆਪਣਾ ਬੱਚਾ ਪਰਮਾਤਮਾ ਨੇ ਦੇ ਦਿੱਤਾ, ਉਸਦੀ ਝੋਲੀ 'ਚ ਪਾਇਆ। ਕਿਉਂਕਿ ਪਹਿਲਾਂ 5-7 ਸਾਲ ਜਿਹੜੇ ਬੀਤੇ ਸਨ ਉਹ ਤਾਂ ਉਹੀ ਜਾਣ ਸਕਦੀ ਹੈ ਜਾਂ ਜਿਸ 'ਤੇ ਬੀਤੀ ਹੋਵੇ ਉਹੀ ਜਾਣ ਸਕਦੀ ਹੈ। ਇਸ ਕਰਕੇ ਪਰਮਾਤਮਾ ਨੇ ਖੁਸ਼ ਹੋ ਕੇ ਉਹਨਾਂ ਨੂੰ ਇੱਕ ਬੱਚਾ ਨਿਵਾਜਿਆ ਅਤੇ ਉਹਨਾਂ ਦੀ ਫੈਮਿਲੀ ਹੁਣ ਪੂਰੀ ਹੋ ਚੁੱਕੀ ਸੀ, ਹੈ ਨਾ, ਬਹੁਤ ਖੁਸ਼ ਰਹਿਣ ਲੱਗ ਪਏ ਸਨ। ਇਸ ਕਰਕੇ ਪਰਮਾਤਮਾ 'ਤੇ ਵਿਸ਼ਵਾਸ ਰੱਖੋ, ਪਰਮਾਤਮਾ ਦੇ ਘਰ ਵਿੱਚ ਦੇਰ ਹੈ ਅੰਧੇਰ ਨਹੀਂ, ਪਰਮਾਤਮਾ ਸਬਰ ਪਰਖਦਾ ਹੈ।
परमात्मा जी आपां नूं दुख दिंदा है तां सुख दी वी आस जरूर रखदा है कि मैं इस दी किस्मत च कित्थे कुछ सिख देना है ते कित्थे कुछ दिख। हर नेरी रात तो बाद चानण जरूर आउंदा है। इस करके सानूं परमात्मा दा शुक्र करना चाहिदा है। परमात्मा अग्गे अरदास करनी चाहिदी है क्योंकि परमात्मा अग्गे कीती हुई अरदास कदे वी खाली नहीं जांदी ते मन ते दुखी हिरदे नाल कीती अरदास कदे वी खाली नहीं जांदी। इस करके वध तो वध परमात्मा दे नाल जुड़ो, पाठ करो ते हो सके तो गरीबां दी सेवा जरूर करनी चाहिए। जिमें कि कोई सड़कां ते कोई लूले लंगड़े हुंदे हन उन्हां दी जरूर सेवा करनी चाहिए, उन्हां दी झोली खैर जरूर पाउणी चाहिए है। बाकी जिहड़े ठीक ठाक भिखारी हुंदे सही हुंदे आ उन्हां नूं अगर आपां कोई पैसा ना भी देईए तां ठीक है, पर जो अखां तो अन्ने पैरां तो लंगड़े हुंदे हन उन्हां दी जरूर सेवा करिया करो। पता नहीं परमात्मा ने किस रूप विच साढ़े सामने आना है तो असी पहचान भी नहीं सकते कि परमात्मा साढ़े कोलों दी है, कि पता परमात्मा साढ़े को केड़ी सेवा लेना चाहते हैं। इस करके सब दा भला करो क्योंकि किसी दे पैरां दे पिछे अपना भी भला जरूर होवेगा। ते वाहिगुरु जी का खालसा, श्री वाहिगुरु जी की फतेह।